धुंध कारण एक बार फिर भयानक हादसा वापरिया, कई वाहनों की आपस के टक्कर हुई है। तस्वीर तुम देख सकते हो, दो बसा टैंपू ट्रैक्टर ट्राली आपस के टकरा गए ने। दरअसल गहरी धुंध पै रही है, संघनी धुंध पै रही है, जिस कारण हादसे वापर रहे हैं। तो एक बार फिर यह हादसा वापरिया है फरीदकोट के नेड़े जैतों कोटकपुरा रोड से। चार वाहनों की आपस के टक्कर हुई है, छोटा हाथी ट्रैक्टर ट्राली और दो बसा टकरा गई ने। दसिया जा रहा है कि एक जो टैंपू है जिसनों छोटा हाथी कहा जाता है, वह किसी वाहन को ओवरटेक कर रहा है। सामने तो ट्रैक्टर ट्राली आ गई, दोहां दी आमो सामने टक्कर हो गई, जिस तो बाद हाले जिहड़ा छोटे हाथी दे विच ड्राइवर सीगा जिस दे सट्टां वज्जियां सी उसनू बाहर कढ़िया जा रहा सी, तां पिछों दो बसां आ रहियां सी उहनां ने इन्हां वाहनां नू टक्कर मार दित्ती, जिस कारण कई सवारियां भी जख्मी होईयां ने जिन्हां नू हस्पताल दे विच भर्ती करवाया गया है। दस दिए कि जान जरूर बची है, पर तस्वीरां तुसीं देख सकते हो कि किवें कई वाहन आपस दे विच टकराए ने। दरअसल धुंध कारण इह हादसे वापर रहे ने, संघनी धुंध पै रही है, जिस कारण वख-वख थावां तों हादसों दीआं खबरां आ रहीआं ने। खन्ना दे नेड़े भी अज भयानक हादसा वापरिया जिथे 30 दे करीब वाहन आपस दे विच टकराए ने। ते हुण खबर फरीदकोट तों है जिथे कोटकपुरा जैतो रोड ते कई वाहनों की आपस दे विच टक्कर हुई है। छोटा हाथी ट्रैक्टर ट्राली दो बसा टकरा गई ने, ते जिहड़ा छोटे हाथी का ड्राइवर सी वह बुरी तरह जख्मी है, जिसनों हस्पताल दे विच भर्ती करवाया गया। बस दे विच सवार लोग भी जख्मी ने, हॉस्पिटल दे विच भर्ती करवाए गए ने। दस्या ये जा रहा है कि एक जिहड़ा छोटा हाथी जा रहा सी तां किसे वाहन नूं ओवरटेक कर रहा सी, सामने तो ट्रैक्टर ट्राली आ रही सी, दोहां दी टक्कर हो गई, ते पिछे तो आ रही बसा ने भी इस दे विच टक्कर मार दित्ती। दस दिए कि हाले छोटे हाथी दे ड्राइवर नूं विचों कढ़िया ही जा रहा सी, तां उस दौरान जिहड़े बसा ने उन्हां दी भी टक्कर हो जाती है, जिस दे विच कई सवारियां जख्मी होईयां ने। पूरी वीडियो तुहानू दिखावांगे किस ढंग दे नाल इह हादसा वापरिया, ते मौके ते मौजूद लोकां दा की कहना इस बारे। ਪਹਿਲਾਂ ਤਾਂ ਟਰੈਕਟਰ ਦੇ ਵਿੱਚ ਹਾਥੀ ਵੱਜਿਆ, ਫਿਰ ਉੱਥੇ ਇੱਕ ਟਰਾਲੀ ਤਰੀ ਆਉਂਦੀ ਸੀ, ਉਹਦੇ ਵਿੱਚ ਉਹ ਬੱਸ ਵੱਜੀ, ਤੇ ਮਗਰ ਜਿਹੜੀ ਝੋਨੀ ਟਰਾਲੀ ਉਹਦੇ ਵਿੱਚ ਇੱਕ ਹੋਰ ਬੱਸ ਵੱਜੀ, ਤਾਂ ਉਹ ਮੁੰਡਾ ਜਿਹੜਾ ਹਾਥੀ ਵਾਲਾ ਵੱਜਿਆ ਉਹਦੀ ਸੱਟਾ ਵਾਹਵਾ ਕਹਿੰਦੇ, ਤੇ ਬੱਸ ਦੀਆਂ ਸਵਾਰੀਆਂ, ਬੱਸ ਦੀਆਂ ਸਵਾਰੀਆਂ ਠੀਕ ਆ, ਉਹਨੂੰ ਹਸਪਤਾਲ ਲੈ ਕੇ ਹੋਣਗੇ ਨਾ ਉਹਨਾਂ ਨੂੰ। ਹਾਂਜੀ, ਉਹ ਤਾਂ ਗਏ ਚਲੇ ਹਸਪਤਾਲ ਬਠਿੰਡੇ ਲੈ ਕੇ ਇੱਕ ਮੁੰਡੇ ਨੂੰ, ਠੀਕ ਹੈ ਇੱਥੇ ਜੈਤੋਂ ਲੈ ਕੇ, ਠੀਕ ਹੈ ਜੀ। ਇਹ ਬਣਿਆ ਜੀ ਜਿਹੜੀ ਡੇਰੀ ਵਾਲਾ ਹਾਥੀ ਹੈ ਛੋਟਾ ਹਾਥੀ, ਹਾਂਜੀ, ਇਹ ਆਊਟ ਕ੍ਰਾਸਿੰਗ ਕਰਦਾ ਹੈਗੇ ਧੁੰਦੇ ਵਿੱਚ, ਕਿਸੇ ਚੀਜ਼ ਨੂੰ ਮੂਹਰੇ ਵਹੀਕਲ ਜਾਂਦਾ ਠੀਕ ਹੈ ਟਰੱਕ ਟੁੱਕ, ਉਹ ਅੱਗੋਂ ਆ ਗਿਆ ਟਰੈਕਟਰ ਜਿਹੜਾ ਖੜਾ, ਹਾਂਜੀ, ਉਹਦਾ ਹਿੱਸਾ ਭੰਨਿਆ ਇਹਨੇ ਰੋਂਗ ਸਾਈਡ ਤੇ ਜਾ ਕੇ ਵਿੱਚ ਆਮੋ ਸਾਹਮਣੇ ਵੱਜੀ, ਹਾਂਜੀ, ਉੱਥੋਂ ਉਹਨੂੰ ਵੇਖ ਕੇ ਤੇ ਆ ਜਿਹੜੇ ਟਰਾਲੀਆਂ ਵਾਲੇ ਉਹ ਖੜ ਗਏ, ਹਾਂ, ਟਰਾਲੀਆਂ ਵਾਲੇ ਨੂੰ ਕੱਢਣ ਲੱਗ ਪਏ ਆਪਸੀ ਵਾਲੇ ਨੂੰ, ਵਿੱਚ ਪਾ ਲਿਆ ਡਰਾਈਵਰ ਦੇ ਲੱਤਾਂ ਤੋਂ ਟੁੱਟ ਗਈਆਂ ਵਿਚਾਰੇ ਦੀਆਂ, ਅੱਛਾ ਜੀ, ਅਸੀਂ ਵੇਖਿਆ ਤਾਂ ਨਹੀਂ, ਤੇ ਉਹਨੂੰ ਚੱਕ ਕੇ ਐਂਬੂਲੈਂਸ ਤੋਂ ਲੈ ਗਈ ਸੀ ਉਹਨੂੰ ਤਾਂ, ਬਾਕੀ ਉਦੋਂ ਧੁੰਦੀ ਸੀ ਜਿਵੇਂ ਵਹੀਕਲ ਖੜ ਗਏ ਟਰਾਲੀਆਂ ਖੜ ਗਈਆਂ, ਮਗਰੋਂ ਬੱਸਾਂ ਆਈਆਂ, ਉਹ ਬੱਸਾਂ ਟਰਾਲੀ ਦੇ ਵਿੱਚ ਵੱਜਦੀਆਂ ਗਈਆਂ, ਟਰਾਲੀ ਵਾਲੇ ਤੇ ਬਹੁਤ ਨੁਕਸਾਨ ਕੀਤਾ ਉਹ ਲਿਬੜਾ ਵਾਲਿਆਂ ਨੇ, ਹਾਂ, ਉਹਦਾ ਵਿਚਾਰੇ ਦਾ ਸਾਰਾ ਹਿੱਸਾ ਪੱਟਦਾ ਟਰਾਲੀਆਂ, ਗਾਟਰ ਵੀ ਵਿੰਗਾ ਹੋਇਆ, ਰਿਮ ਵੀ ਵਿੰਗਾ ਹੋਇਆ, ਟਰੈਕਟਰ ਦੇ ਵੱਡੇ ਟਾਇਰ ਦਾ ਲੋਕ ਤਾਂ ਬਸ ਇੱਕ ਉਸੇ ਬੰਦੇ ਦਾ ਨਿਸ਼ਾਨਾ ਜਿਹਾ, ਇੱਕ ਬੱਸ ਦੇ ਵਿੱਚ ਕੁੜੀ ਸੀ ਉਹਦੇ ਛੱਟਾਂ ਵਿੱਚ, ਤਾਂ ਉਹ ਅੱਛਾ ਪਹਿਲਾਂ ਤਾਂ ਟਰੈਕਟਰ ਦੇ ਵਿੱਚ ਹਾਥੀ ਵੱਜਿਆ, ਹਾਂ, ਫਿਰ ਉੱਥੇ ਇੱਕ ਟਰਾਲੀ ਤਰੀ ਆਉਂਦੀ ਸੀ ਉਹਦੇ ਵਿੱਚ ਉਹ ਬੱਸ ਵੱਜੀ, ਤੇ ਮਗਰ ਜਿਹੜੀ ਝੋਨੀ ਟਰਾਲੀ ਉਹਦੇ ਵਿੱਚ ਇੱਕ ਹੋਰ ਬੱਸ ਵੱਜੀ, ਤਾਂ ਉਹ ਮੁੰਡਾ ਜਿਹੜਾ ਹਾਥੀ ਵਾਲਾ ਵੱਜਿਆ ਉਹਦੀ ਸੱਟਾ ਵਾਹਵਾ ਕਹਿੰਦੇ, ਤੇ ਬੱਸ ਦੀਆਂ ਸਵਾਰੀਆਂ, ਬੱਸ ਦੀਆਂ ਸਵਾਰੀਆਂ ਠੀਕ ਆ, ਉਹਨੂੰ ਹਸਪਤਾਲ ਲੈ ਕੇ ਹੋਣਗੇ ਨਾ ਉਹਨਾਂ ਨੂੰ, ਹਾਂਜੀ, ਉਹ ਤਾਂ ਗਏ ਚਲੇ ਹਸਪਤਾਲ ਬਠਿੰਡੇ ਲੈ ਕੇ ਇੱਕ ਮੁੰਡੇ ਨੂੰ, ਠੀਕ ਹੈ ਇੱਥੇ ਜੈਤੋਂ ਲੈ ਕੇ, ਠੀਕ ਹੈ ਜੀ। ਇਹ ਬਣਿਆ ਜੀ ਜਿਹੜੀ ਡੇਰੀ ਵਾਲਾ ਹਾਥੀ ਹੈ ਛੋਟਾ ਹਾਥੀ, ਹਾਂਜੀ, ਇਹ ਆਊਟ ਕ੍ਰਾਸਿੰਗ ਕਰਦਾ ਹੈਗੇ ਧੁੰਦੇ ਵਿੱਚ, ਕਿਸੇ ਚੀਜ਼ ਨੂੰ ਮੂਹਰੇ ਵਹੀਕਲ ਜਾਂਦਾ ਠੀਕ ਹੈ ਟਰੱਕ ਟੁੱਕ, ਉਹ ਅੱਗੋਂ ਆ ਗਿਆ ਟਰੈਕਟਰ ਜਿਹੜਾ ਖੜਾ, ਹਾਂਜੀ, ਉਹਦਾ ਹਿੱਸਾ ਭੰਨਿਆ ਇਹਨੇ ਰੋਂਗ ਸਾਈਡ ਤੇ ਜਾ ਕੇ ਵਿੱਚ ਆਮੋ ਸਾਹਮਣੇ ਵੱਜੀ, ਹਾਂਜੀ, ਉੱਥੋਂ ਉਹਨੂੰ ਵੇਖ ਕੇ ਤੇ ਆ ਜਿਹੜੇ ਟਰਾਲੀਆਂ ਵਾਲੇ ਉਹ ਖੜ ਗਏ, ਹਾਂ, ਟਰਾਲੀਆਂ ਵਾਲੇ ਨੂੰ ਕੱਢਣ ਲੱਗ ਪਏ ਆਪਸੀ ਵਾਲੇ ਨੂੰ, ਵਿੱਚ ਪਾ ਲਿਆ ਡਰਾਈਵਰ ਦੇ ਲੱਤਾਂ ਤੋਂ ਟੁੱਟ ਗਈਆਂ ਵਿਚਾਰੇ ਦੀਆਂ, ਅੱਛਾ ਜੀ, ਵੇਖਿਆ ਤਾਂ ਨਹੀਂ, ਤੇ ਉਹਨੂੰ ਚੱਕ ਕੇ ਐਂਬੂਲੈਂਸ ਤੋਂ ਲੈ ਗਈ ਸੀ ਉਹਨੂੰ ਤਾਂ, ਬਾਕੀ ਉਦੋਂ ਧੁੰਦੀ ਸੀ ਜਿਵੇਂ ਵਹੀਕਲ ਖੜ ਗਏ ਟਰਾਲੀਆਂ ਖੜ ਗਈਆਂ, ਮਗਰੋਂ ਬੱਸਾਂ ਆਈਆਂ, ਉਹ ਬੱਸਾਂ ਟਰਾਲੀ ਦੇ ਵਿੱਚ ਵੱਜਦੀਆਂ ਗਈਆਂ, ਟਰਾਲੀ ਵਾਲੇ ਤੇ ਬਹੁਤ ਨੁਕਸਾਨ ਕੀਤਾ ਉਹ ਲਿਬੜਾ ਵਾਲਿਆਂ ਨੇ, ਹਾਂ, ਉਹਦਾ ਵਿਚਾਰੇ ਦਾ ਸਾਰਾ ਹਿੱਸਾ ਪੱਟਦਾ ਟਰਾਲੀਆਂ, ਗਾਟਰ ਵੀ ਵਿੰਗਾ ਹੋਇਆ, ਰਿਮ ਵੀ ਵਿੰਗਾ ਹੋਇਆ, ਟਰੈਕਟਰ ਦੇ ਵੱਡੇ